ਪੰਜਾਬੀ ਗਾਇਕ ਜਸਵੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਦੇ ਨਾਲ ਕੀਤੀ ਮੁਲਾਕਾਤ। ਇਸ ਮੁਲਾਕਾਤ ਦੇ ਵਿੱਚ ਕੀਰਤਨ ਦਾ ਮਹੱਤਵ ਸਮਝਦੇ ਨਜ਼ਰ ਆਏ ਪੰਜਾਬੀ ਗਾਇਕ। ਪੰਜਾਬੀ ਇੰਡਸਟਰੀ ਦੇ ਫੇਮਸ ਗਾਇਕ ਜਸਵੀਰ ਜੱਸੀ, ਜਿਨ੍ਹਾਂ ਦਾ ਨਾਮ ਬਾਲੀਵੁੱਡ ਦੇ ਵਿੱਚ ਵੀ ਜਾਣਿਆ ਪਹਿਚਾਣਿਆ, ਹਾਲ ਹੀ ਦੇ ਵਿੱਚ ਜਸਵੀਰ ਜੱਸੀ ਦੇ ਵੱਲੋਂ ਇੱਕ ਇੰਸਟਾਗ੍ਰਾਮ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਜਸਵੀਰ ਜੱਸੀ ਜੋ ਸੀ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਨਜ਼ਰ ਆ ਰਹੇ ਸੀਗੇ। ਅਤੇ ਇਸੇ ਦੌਰਾਨ ਜਸਵੀਰ ਜੱਸੀ ਦੇ ਵੱਲੋਂ ਭਾਈ ਹਰਜਿੰਦਰ ਸਿੰਘ ਜੀ ਨੂੰ ਸਵਾਲ ਪੁੱਛਿਆ ਗਿਆ। ਇਸ ਸਵਾਲ ਦੇ ਵਿੱਚ ਉਹਨਾਂ ਨੇ ਕੀਰਤਨ ਦਾ ਮਹੱਤਵ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਜਿਸ ਦੇ ਵਿੱਚ ਜਸਵੀਰ ਜੱਸੀ ਜੋ ਨੇ ਉਹ ਕਹਿੰਦੇ ਨੇ ਕਿ ਭਾਈ ਸਾਹਿਬ, ਤੁਸੀਂ ਇੱਥੇ ਬੈਠ ਕੇ ਕਿੰਨਾ ਕੀਰਤਨ ਕੀਤਾ ਹੈ, ਅਤੇ ਇਸ ਕੀਰਤਨ ਨੂੰ ਇਨਸਾਨਾਂ ਨੇ ਤਾਂ ਸੁਣਿਆ ਹੀ ਹੈ, ਪਰ ਇੱਥੇ ਜਿਹੜੇ ਇਕੱਲਾ ਇਕੱਲਾ ਰੁੱਖ ਲੱਗਿਆ ਉਸਦੇ ਵੱਲੋਂ ਵੀ ਇਸ ਕੀਰਤਨ ਨੂੰ ਸੁਣਿਆ ਗਿਆ। ਜਿਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜਸਵੀਰ ਜੱਸੀ ਦੇ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਜ਼ਰ ਆਉਂਦੇ ਨੇ, ਅਤੇ ਉਹ ਕਹਿੰਦੇ ਨੇ ਕਿ ਕੁਦਰਤ ਦੇ ਤੱਕ ਕੀਰਤਨ ਜੋ ਆ ਹਮੇਸ਼ਾ ਪਹੁੰਚਦਾ, ਅਤੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਹੋਰ ਕੀ ਕੁਛ ਕਿਹਾ ਗਿਆ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਜੀ ਭਾਈ ਸਾਹਿਬ, ਮੈਂ ਤਾਂ ਇਹ ਸੋਚ ਰਿਹਾ ਸੀਗੀ ਕਿ ਤੁਸੀਂ ਇੱਥੇ ਇਹ ਲੌਂਜ 'ਚ ਬੈਠ ਕੇ ਕਿੰਨਾ ਕੀਰਤਨ ਕੀਤਾ ਯਾਰ, ਕਿੰਨਾ। ਔਰ ਮੈਂ ਇਹ ਸੋਚ ਰਿਹਾ ਸੀ ਵੀ ਕਿੱਦਾਂ ਸਾਰੇ ਪੇੜਾਂ ਨੇ ਕਿੱਦਾਂ ਸੁਣਿਆ ਹੋਏਗਾ ਕੀਰਤਨ, ਹੈ ਨਾ। ਇਨਸਾਨ ਤਾਂ ਚਲੋ ਸੁਣਦੇ ਹੀ ਆ, ਬਨਸਪਤੀ ਸੁਣਦੀ ਹੈ, ਹੈ ਨਾ। ਪਰਮਾਤਮਾ ਨੇ ਜਿੰਨੀ ਵੀ ਸ੍ਰਿਸ਼ਟੀ ਸਿਰਜੀ ਹੈ ਉਹਨੂੰ ਸਾਰੀ ਨੂੰ ਕੰਨ ਵੀ ਦਿੱਤੇ ਅਤੇ ਜ਼ਬਾਨ ਵੀ ਦਿੱਤੀ। ਕਿਆ ਬਾਤ ਹੈ। ਔਰ ਉਹਨਾਂ ਨੂੰ ਇੱਕ ਭਾਸ਼ਾ ਵੀ ਦਿੱਤੀ ਹੋਈ। ਇਹ ਗੱਲ ਵੱਖਰੀ ਹੈ ਵੀ ਉਹਨਾਂ ਦੀ ਭਾਸ਼ਾ ਅਸੀਂ ਸੁਣ ਨਹੀਂ ਸਕਦੇ, ਪਰ ਇਹ ਮੈਂ ਇੱਕ ਜੰਗਲ ਵਿੱਚ ਗਿਆ, ਉੱਥੇ ਕਿਸੇ ਮਨਿਸਟਰ ਜੀ ਨੇ ਦੱਸਿਆ ਕਿ ਜੰਗਲ ਦੇ ਜਿਹੜੇ ਛੋਟੇ ਦਰਖਤ ਹੈ ਵੱਡੇ ਦਰਖਤਾਂ ਦੇ ਥੱਲੇ ਉੱਗੇ ਹੋਏ ਉਹਦੀ ਛਾਂ ਦੇ ਵਿੱਚ, ਉਹ ਇੰਝ ਆਪਣੇ ਨਾਲ ਵੱਡੇ ਪੌਦੇ ਛੋਟਿਆਂ ਨੂੰ ਲੈ ਕੇ ਚੱਲਦੇ, ਜਿਵੇਂ ਅਸੀਂ ਵੱਡੇ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ ਨਾ, ਛੋਟਿਆਂ ਬੱਚਿਆਂ ਨੂੰ ਪਕੜ ਕੇ, ਉਹ ਇੱਕ ਦੂਸਰੇ ਨੂੰ ਐਨਰਜੀ ਦਿੰਦੇ ਆ। ਮੈਨੂੰ ਲੱਗਦਾ ਜਿੱਦਾਂ ਇਨਸਾਨ ਤੇ ਭਾਵੇਂ ਛੱਡਦੇ ਕੋਈ ਚੀਜ਼ਾਂ, ਇਹਨਾਂ ਦੀ ਤੇ ਐਨਰਜੀ ਇਹਨਾਂ ਨੇ ਕਿੱਦਾਂ ਸੁਣ ਕੇ ਤੁਹਾਨੂੰ ਅਬਜ਼ਰਵ ਕੀਤਾ ਹੋਏਗਾ, ਜਿਵੇਂ ਜਦੋਂ ਤੁਸੀਂ ਇੱਥੇ ਬਲਿਹਾਰੀ ਕੁਦਰਤ ਇੱਥੇ ਬੈਠ ਕੇ, ਹੈ ਨਾ, ਆਂਗਣ ਦੇ ਵਿੱਚ, ਤੇ ਇਹਨਾਂ ਨੇ ਕਿੱਦਾਂ ਤੁਹਾਨੂੰ ਇਕਦਮ ਰਮ ਲਿਆ ਹੋਏਗਾ ਉਸ ਗੁਰਬਾਣੀ ਨੂੰ, ਹੈ ਨਾ। ਬਿਲਕੁਲ, ਹੁਣ ਤਾਂ ਕਈ ਤਜਰਬੇ ਕੀਤੇ ਗਏ ਵੀ ਇਹਨਾਂ ਪੌਦਿਆਂ 'ਤੇ ਚੰਗੇ ਮਾੜੇ ਵਿਚਾਰਾਂ ਦਾ ਕਿਵੇਂ ਅੰਤਰ। ਯੈਸ, ਗੁਰਬਾਣੀ ਤਾਂ ਹੈ ਹੀ ਬਹੁਤ ਵੱਡੀ ਵਿਚਾਰ ਆਪਣੇ ਆਪ, ਔਰ ਗੁਰਬਾਣੀ ਦਾ ਅਸਰ ਵੀ ਬਹੁਤ ਜਲਦੀ ਹੁੰਦਾ। ਔਰ ਕੁਦਰਤ ਬਾਰੇ ਗੁਰੂ ਨਾਨਕ ਸਾਹਿਬ ਨੇ ਕਿੰਨਾ ਲਿਖਿਆ, ਦੇਖੋ, ਬਲਿਹਾਰੀ ਕੁਦਰਤ ਦੱਸਿਆ, ਗੁਰੂ ਸਾਹਿਬ ਤਾਂ ਇਸ ਕੁਦਰਤ 'ਚੋਂ ਪਰਮਾਤਮਾ ਨੂੰ ਦੇਖਦੇ ਆ। ਇੱਕ ਨਾ ਇੱਥੇ ਨਾਰਵੇ ਅੰਬੈਸੀ 'ਚ ਇੱਕ ਦਿਨ ਮੈਂ ਗਿਆ ਸੀ, ਤਾਂ ਉਹ ਬੱਚਾ ਸੀਗਾ ਛੋਟਾ, ਮੈਂ ਕਿਹਾ ਵਟ ਆਰ ਯੂ ਡੂਇੰਗ, ਉਹ ਕਹਿੰਦਾ ਕਿ ਮੈਂ ਇਨਵਾਇਰਮੈਂਟ ਦੇ ਉੱਪਰ ਇੱਥੇ ਇੰਟਰਨਸ਼ਿਪ ਕਰਨਾ ਆ। ਅੱਛਾ, ਅਤੇ ਮੈਂ ਕਿਹਾ ਯਾਰ ਤੂੰ ਨਾ ਗੁਰੂ ਨਾਨਕ ਨੂੰ ਪੜ੍ਹ, ਮੈਂ ਕਿਹਾ ਤੈਨੂੰ ਪੜ੍ਹਨਾ ਚਾਹੀਦਾ ਕਿਉਂਕਿ ਗੁਰੂ ਨਾਨਕ ਸਾਹਿਬ 'ਤੇ ਕਿੰਨਾ ਟਾਈਮ ਪਹਿਲੇ ਕੁਦਰਤ 'ਤੇ ਲਿਖੀ ਜਾ ਰਹੇ ਸੀ, ਹੈ, ਕੁਦਰਤ ਦੀ, ਕੁਦਰਤ ਨੂੰ ਸੰਭਾਲਣ ਦੀਆਂ। ਉਸ ਟਾਈਮ ਉਹਨਾਂ ਦੇ ਦਿਮਾਗ 'ਚ ਕਿੱਦਾਂ ਆਇਆ ਹੋਏਗਾ, ਕੀ ਵਿਜ਼ਨ ਹੋਏਗਾ ਉਹਨਾਂ ਦਾ, ਵੀ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਇਹਦੀ ਬਰਬਾਦੀ ਤਾਂ ਕਰਨੀ ਕਰਨੀ, ਹੈ ਨਾ। ਪਰ ਬੰਦੇ ਨੇ ਇਹ ਛੱਡਿਆ ਕੁਛ, ਪਤੀ ਦੇ ਨਾਲ ਧੱਕਾ ਬਹੁਤ ਕੀਤਾ, ਆਪਣੀ ਸਜਾਵਟ ਵਾਸਤੇ ਇਹਨਾਂ ਨੂੰ ਦਰਖਤਾਂ ਨੂੰ ਵੱਢ ਵੱਢ ਕੇ ਆਪਣੇ ਦਰਵਾਜ਼ੇ ਬਣਾ ਲਏ, ਆਪਣੀਆਂ ਛੱਤਾਂ ਬਣਾ ਲਈਆਂ, ਫਿਰ ਵੀ ਕੁਦਰਤ ਨਾਰਾਜ਼ ਨਹੀਂ ਹੁੰਦੀ, ਕਿਆ ਬਾਤ ਹੈ। ਇਹ ਫਿਰ ਵੀ ਦੇਈ ਜਾਂਦੇ ਸਾਨੂੰ ਨਾ, ਦਰਖਤ ਪ੍ਰਫੁੱਲਿਤ ਹੋ ਰਹੇ ਹੈ,
ਇਹ ਪੱਤੇ ਦੇਈ ਜਾ ਰਹੇ ਆ ਸਾਨੂੰ, ਅਸੀਂ ਛਾਂ ਮੰਗੀਏ ਛਾਂ ਦਿੰਦੇ ਆ ਅਸੀਂ। ਵਾਹ ਵਾਹ ਵਾਹ। ਪਰਮਾਤਮਾ ਨੇ ਜਿੰਨੀ ਸ੍ਰਿਸ਼ਟੀ ਸਾਜੀ, ਬੰਦਾ ਕਬਲਾ ਹੁੰਦਾ ਜਾਂਦਾ ਦਿਨੋਂ ਦਿਨ, ਇਹ ਦਿੱਤਾ ਸਭ ਕੁਛ ਪਰਮਾਤਮਾ ਨੇ ਇਸ ਬੰਦੇ ਵਾਸਤੇ। ਨਾ ਸਾਨੂੰ ਫਲ ਦਿੱਤੇ, ਸਾਨੂੰ ਛਾਂ ਦਿੱਤੀ, ਸਾਨੂੰ ਇਹਨਾਂ ਦਰਖਤਾਂ ਦੇ ਰਾਹੀਂ ਆਕਸੀਜਨ ਮਿਲਦੀ, ਜੀਵਨ ਦਿੱਤਾ। ਸੋ ਥੈਂਕ ਯੂ ਸੋ ਮਚ, ਬੜਾ ਚੰਗਾ ਲੱਗਾ ਜੱਸੀ ਤੁਹਾਡੇ ਕੋਲ ਆਉਣ ਤੇ। ਥੈਂਕ ਯੂ। ਤੇ ਹੁਣ ਆਪਾਂ ਨਾਸ਼ਤਾ ਕਰਾਂਗੇ। ਦੇਖੋ ਜੀ, ਜੱਸੀ ਨੇ ਪੱਗ ਬੰਨੀ ਹੋਈ ਹੈ ਜੀ, ਔਰ ਵਿੱਚੋਂ ਬਹੁਤ ਪਿਆਰਾ ਲੱਗ ਰਿਹਾ ਜੱਸੀ ਅੱਜ ਜੀ, ਕਿ ਰੰਗ ਵੀ ਸੋਹਣਾ ਬੰਨਿਆ ਹੋਇਆ। ਸ਼ੁਰੂਆਤ ਤੇ ਇਦਾਂ ਹੀ ਸੀਗੀ। ਹਾਂ, ਪਹਿਲਾਂ ਇਹਦੇ ਚਲੋ ਹੁਣ ਮੇਰੀਆਂ ਕਈ ਮਜਬੂਰੀਆਂ ਕਈ ਵਾਰੀ ਹੋ ਜਾਂਦੀਆਂ, ਕਲਾਕਾਰ ਦੀਆਂ ਆਪਣੀਆਂ ਪਹਿਚਾਣ ਟਾਈਪ ਚੀਜ਼ਾਂ, ਇਸ ਤੇ ਵੀ ਬਣਾ ਦਾਂਗੇ ਪਹਿਚਾਣ ਤੁਹਾਡਾ, ਤੁਹਾਡਾ ਖੇਤਰ ਵਾਹਿਗੁਰੂ ਕਿਰਪਾ ਤੇ ਹੋ ਜਾਂਦੀ। ਹਾਂਜੀ ਆਪੇ ਹੀ ਜਦੋਂ ਦੀ ਜੀ। ਹਾਂ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।